ਪੰਜਾਬ ਪ੍ਰਦੂਸ਼ਣ ਵਿਭਾਗ ਨੇ ਪ੍ਰੈਸ ਕਾਨਫਰੰਸ ਕਰਕੇ ਹਿਮਾਚਲ ਪ੍ਰਦੂਸ਼ਣ ਵਿਭਾਗ ਦੇ ਉਹਨਾਂ ਆਰੋਪਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਜਿਸ ਵਿੱਚ ਹਿਮਾਚਲ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਵਾਨ ਨਦੀ ਦੇ PSCL ਦਾ ਦੂਸ਼ਿਤ ਪਾਣੀ ਗਿਰਨ ਨਾਲ ਮੱਛੀਆਂ ਮਰੀਆਂ ਨੇ। ਪੰਜਾਬ ਪ੍ਰਦੂਸ਼ਣ ਵਿਭਾਗ ਦੇ XCN ਕੁਲਦੀਪ ਸਿੰਘ ਨੇ ਹਿਮਾਚਲ ਉਦਯੋਗਿਕ ਖੇਤਰਾਂ ਦੇ ਕੀਤੇ ਦੌਰੇ ਅਤੇ ਫੜੇ ਗਏ ਟੈਂਕਰਾਂ ਤੇ ਕੀਤੀ ਗਈ ਕਾਰਵਾਈ ਦਾ ਹਵਾਲਾ ਦੇ ਕੇ ਹਿਮਾਚਲ ਦੇ ਮਹਿਤਪੁਰ ਬਾਥੂ ਦੀ ਫੈਕਟਰੀਆਂ ਦਾ ਪਾਣੀ ਸਵਾਨ ਨਦੀ ਚ ਗਿਰਨ ਦਾ ਦਾਅਵਾ ਕੀਤਾ। ਜਿੱਥੇ ਉਹਨਾਂ ਨੇ ਪਾਣੀ ਸੁੱਟਿਆ ਉਹਦੇ ਬਾਰੇ ਹੁਣ ਅਸੀਂ ਉੱਥੇ ਜਾ ਰਹੇ ਹਾਂ ਔਰ ਉਹਦੇ ਬਾਰੇ ਸਰਚ ਕਰਾਂਗੇ। ਜਿਵੇਂ ਤੁਸੀਂ ਕਿਹਾ ਵੀ ਜੇ ਉਹ ਬੋਰਵੈਲ ਤੇ ਉਹਨਾਂ ਨੇ ਪਾਣੀ ਪਾਇਆ ਉਹ ਵੀ ਅਸੀਂ ਅੱਜ ਜਾ ਕੇ ਉਹਦੇ ਦੀ ਕਾਰਵਾਈ ਕਰਾਂਗੇ। ਕਿਸ ਤਰ੍ਹਾਂ ਕਿ ਨਹੀਂ ਕਰਦੀ ਆ ਜਿਹੜਾ ਇਹ ਆਪਣੇ ਹਾਈ ਲੈਵਲ ਤੇ ਚੇਅਰਮੈਨ ਸਾਹਿਬ ਔਰ ਸੈਕਟਰੀ ਸਾਹਿਬ ਜਿਹੜੇ ਸਾਡੇ ਨੇ ਡਿਸਟ੍ਰਿਕਟ ਸੈਕਟਰੀ ਸਾਹਿਬ ਉਹਨਾਂ ਲੈਵਲ ਤੇ ਅਸੀਂ ਇਹ ਮੁੱਦਾ ਉਠਾਵਾਂਗੇ ਔਰ ਜਿਹੜੇ ਸਾਡੇ ਕਾਊਂਟਰਪਾਰਟ ਨੇ ਹਿਮਾਚਲ ਪ੍ਰਦੇਸ਼ ਦੇ ਚੇਅਰਮੈਨ ਸਾਹਿਬ ਜਾਂ ਉਹਨਾਂ ਦੇ ਡਿਸਟ੍ਰਿਕਟ ਸੈਕਟਰੀ ਸਾਹਿਬ ਹਨ ਉਹਨਾਂ ਦੇ ਨਾਲ ਇਹ ਮੁੱਦਾ ਚੁੱਕ ਕੇ ਔਰ ਇਹ ਇੱਕ ਜੁਆਇੰਟ ਜਿਹੜੀ ਹੈ ਕਮੇਟੀ ਅਸੀਂ ਗਠਿਤ ਕਰਕੇ ਔਰ ਇਹ ਸਾਰੇ ਏਰੀਏ ਦੀ ਇਹ ਛਾਣਬੀਨ ਕਰਾਂਗੇ ਕਿ ਇਹ ਪਾਣੀ ਜਿਹੜਾ ਹਿਮਾਚਲ ਚੋਂ ਆ ਰਿਹਾ ਕਿੱਥੋਂ ਆ ਰਿਹਾ। ਉਹ ਟੈਂਕਰ ਕਿਸ ਉਹ ਟੈਂਕਰ ਲੁਧਿਆਣੇ ਦਾ ਕੋਈ ਮਾਲਕ ਹੈ ਜੀ, ਉਹਦਾ ਨਾਂ ਹੈ ਸਚਿਨ ਜੈਨ, ਉਹਦੇ ਨੇ ਜੀ ਟੈਂਕਰ। ਉਹਦੇ ਪਿੱਛੇ ਰਾਣਾ ਗਰੁੱਪ ਲਿਖਿਆ ਹੋਇਆ ਜੀ। ਹਾਂ, ਉਹਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਮੈਂ ਰਾਣਾ ਗਰੁੱਪ ਦੇ ਨਾਲ ਇਹ ਕੰਮ ਕਰਦਾ ਸੀਗਾ ਪਰ ਹੁਣ ਕਾਫੀ ਸਾਲਾਂ ਤੋਂ ਮੈਂ ਹੁਣ ਕੰਮ ਨਹੀਂ ਕਰਦਾ। ਪਹਿਲਾਂ ਉਹਨਾਂ ਦਾ ਮੈਂ ਮੁਲਾਜ਼ਮ ਜਿਹੜਾ ਉਹ ਹੁੰਦਾ ਸੀਗਾ, ਇਸ ਕਰਕੇ ਕਹਿੰਦਾ ਮੈਂ ਰਾਣਾ ਗਰੁੱਪ ਲਿਖਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪਵਨਾਂ ਦੀ ਰਿਪੋਰਟ, ਚੈਨਲ 2।